ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਭਾਈ ਕਾਨ ਸਿੰਘ ਰਚਨਾ ਵਿਚਾਰ ਮੰਚ ਵੱਲੋਂ ਨਾਭਾ ਦੇ ਰੋਟਰੀ ਕਲੱਬ ਵਿਖੇ 23ਵਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦੇ ਵਿੱਚ ਪੰਜਾਬ ਦੀਆਂ ਨਾਲ ਲੱਗਦੀਆਂ ਸਟੇਟਾਂ ਦੇ ਕਈ ਕੋਨਿਆਂ ਤੋਂ 70 ਦੇ ਕਰੀਬ ਕਵੀਆਂ ਨੇ ਭਾਗ ਲਿਆ। ਇਸ ਕਵੀ ਦਰਬਾਰ ਦੇ ਵਿੱਚ ਵੱਖ ਵੱਖ ਲੇਖਕਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਕਵੀ ਦਰਬਾਰ ਦੌਰਾਨ ਪੰਜਾਬ ਦੇ ਨਾਇਕ ਕਵੀ ਸੁਰਜੀਤ ਪਾਤਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਕਵੀਆਂ ਵੱਲੋਂ ਸਮਾਜ ਦੀਆਂ ਵੱਖ ਵੱਖ ਕ੍ਰਿਤੀਆਂ ਬਾਰੇ ਆਪਣੇ ਸ਼ਬਦਾਂ ਰਾਹੀਂ ਚਾਨਣਾ ਪਾਇਆ। ਇਸ ਮੌਕੇ ਮੰਚ ਵੱਲੋਂ ਕਵੀਆਂ ਅਤੇ ਕਈ ਸ਼ਾਇਰਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਵੀ ਦਰਬਾਰ ਦੌਰਾਨ ਕਈ ਸ਼ਾਇਰਾਂ ਦੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਕਵੀ ਨੇ ਆਪਣੇ ਟੱਪੇ ਪੇਸ਼ ਕੀਤੇ, ਜਿਸ ਤਰ੍ਹਾਂ ਸਮਾਜ ਇਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਨਾਭਾ ਮੰਚ ਦਾ ਇਹ ਸਭ ਤੋਂ ਵੱਡਾ ਉਪਰਾਲਾ ਹੈ ਜੋ ਕਿ ਲਗਾਤਾਰ ਕਈ ਸਾਲਾਂ ਤੋਂ ਕਵੀ ਦਰਬਾਰ ਕਰਵਾਉਂਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਕਵੀ ਦਾ ਸੱਚ ਬੋਲਣਾ ਸਮੇਂ ਦੀਆਂ ਸਰਕਾਰਾਂ ਨੂੰ ਵੀ ਰੜਕਦਾ ਹੈ ਅਤੇ ਸੱਚ ਬੋਲਣਾ ਹੀ ਚਾਹੀਦਾ ਹੈ। ਸਿਰਮੌਰ ਸੰਸਥਾ ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 23ਵਾਂ ਨਾਭਾ ਕਵਿਤਾ ਉਤਸਵ ਕਰਵਾਇਆ ਜਾ ਰਿਹਾ ਰੋਟਰੀ ਕਲੱਬ ਨਾਭਾ ਵਿਖੇ। ਸਾਨੂੰ ਖੁਸ਼ੀ ਹੈ ਕਿ ਇਸ ਸਾਡੀ ਸੰਸਥਾ ਨੂੰ ਇਸ ਨਾਭਾ ਕਵਿਤਾ ਉਤਸਵ ਨੂੰ ਜਿੱਥੇ ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ, ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਅਤੇ ਪੰਜਾਬੀ ਅਕੈਡਮੀ ਦਿੱਲੀ ਦਾ ਸਹਿਯੋਗ ਹੈ, ਉੱਥੇ ਸਾਨੂੰ ਰੋਟਰੀ ਕਲੱਬ ਨਾਭਾ ਦਾ ਵੀ ਹਰ ਸਾਲ ਲਗਾਤਾਰ ਸਹਿਯੋਗ ਮਿਲ ਰਿਹਾ। ਪ੍ਰਧਾਨ ਜੀ, ਮੇਰੇ ਵੀ ਸੱਚ ਕੌੜਾ ਹੁੰਦਾ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸੱਚ ਕੌੜਾ ਹੈ। ਕਵੀ ਕੋਲ ਕੀ ਹੈ, ਕਵਿਤਾ ਕੋਲ ਕੀ ਹੈ? ਕਵਿਤਾ ਨੇ ਹਮੇਸ਼ਾ ਜਿਵੇਂ ਕਹਿੰਦੇ ਨੇ ਸਰਕਾਰਾਂ ਨੂੰ ਵੀ ਵੰਗਾਰਨਾ ਹੁੰਦਾ, ਅਸੀਂ ਉਹਨਾਂ ਜੋ ਕੁਰੀਤੀਆਂ ਨੇ ਸਮਾਜ ਦੇ ਵਿੱਚ ਉਹਨਾਂ ਦੇ ਖਿਲਾਫ਼ ਵੀ ਖੜ੍ਹਨਾ ਹੁੰਦਾ, ਅਤੇ ਜਦੋਂ ਰੋਹ ਵਿਦਰੋਹ ਦੀ ਕਵਿਤਾ ਵੀ ਪੜ੍ਹਨੀ ਹੁੰਦੀ ਹੈ, ਅਸੀਂ ਜਿਵੇਂ ਕਹਿੰਦੇ ਨੇ ਸੱਚ ਦਾ ਨਾਰਾ ਲਾਉਣਾ ਹੁੰਦਾ ਕਵੀ ਨੇ, ਅਤੇ ਉੱਥੇ ਜਦੋਂ ਸਟੇਜ ਦੇ ਉੱਪਰ ਸੱਚ ਬੋਲਿਆ ਜਾਂਦਾ, ਕਈ ਵਾਰੀ ਸਰਕਾਰਾਂ ਨੂੰ ਕੌੜਾ ਵੀ ਲੱਗਦਾ, ਸੈਂਟਰ ਨੂੰ ਵੀ ਕੌੜਾ ਲੱਗਦਾ, ਪਰ ਕਵੀ ਨੇ ਤਾਂ ਸੱਚ ਬੋਲਣਾ, ਜੋ ਉਹਦੇ ਅੰਦਰ ਹੈ ਉਹਨੇ ਬਾਹਰ ਕਰਨਾ। ਜੇ ਅਗਰ ਉਹ ਕੁਝ ਨਹੀਂ ਬੋਲਦਾ ਤਾਂ ਫਿਰ ਕਵੀ ਨਹੀਂ ਹੈਗਾ ਉਹ, ਅਤੇ ਉਸਨੇ ਆਪਣਾ ਜੋ ਸੱਚ ਹੈ ਸਮੇਂ ਦਾ ਉਹਨੂੰ ਆਪਣੀ ਕਵਿਤਾ ਦੇ ਰਾਹੀਂ, ਗੀਤ ਦੇ ਰਾਹੀਂ, ਗਜ਼ਲ ਦੇ ਰਾਹੀਂ ਬਿਆਨ ਕਰਨਾ ਹੁੰਦਾ, ਅਤੇ ਅਸੀਂ ਇਹ ਕੰਮ ਕਰ ਰਹੇ ਹਾਂ। ਅਤੇ ਕੇਂਦਰੀ ਪੰਜਾਬੀ ਲੇਖ ਸਭਾ ਵੱਲੋਂ ਵੀ, ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ ਵੀ, ਆਪਣੀ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ ਵੀ ਅਤੇ ਰੋਟਰੀ ਕਲੱਬ ਵੱਲੋਂ ਵੀ, ਅਸੀਂ ਸਾਰੇ ਰਲ ਕੇ ਇਹ ਆਪਣੇ ਕਾਰਜ ਚਲਾ ਰਹੇ ਹਾਂ। ਅਤੇ ਬੰਦੇ ਨੂੰ ਸੱਚ ਬੋਲਣਾ ਚਾਹੀਦਾ, ਅਸੀਂ ਨੇ ਲੋਕਾਂ ਨੂੰ ਦਿਸ਼ਾ ਦੇਣੀ ਹੈ, ਸਰਕਾਰਾਂ ਨੇ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ, ਅਤੇ ਅਸੀਂ ਕੇਂਦਰੀ ਸਭਾ ਵੱਲੋਂ ਵੀ ਸਗੋਂ ਬਹੁਤ ਸਾਰੇ ਪ੍ਰੋਗਰਾਮ ਅੱਗੇ ਹੋਰ ਉਲੀਕੇ ਨੇ, ਕਿਉਂਕਿ ਮੈਂ ਮੁੱਖ ਸੇਵਾਦਾਰ ਹੋਣ ਦੇ ਨਾਤੇ ਕੇਂਦਰੀ ਸਭਾ ਦੇ ਮੈਂ ਇਹ ਗੱਲ ਕਹਿ ਰਿਹਾ। ਪੰਜਾਬ ਨਾਲ, ਪੰਜਾਬੀ ਕਵਿਤਾ ਨਾਲ ਬਹੁਤ ਗਹਿਰਾ ਰਿਸ਼ਤਾ, ਬੇਸ਼ੱਕ ਗੁਰਬਾਣੀ ਆ, ਬੇਸ਼ੱਕ ਸੂਫੀ ਕਲਾਮ ਹੈ, ਕਿੱਸੇ ਆ, ਬਾਰਾਂ ਆ, ਜਾਂ ਸਾਡੇ ਲੋਕ ਗੀਤ ਆ, ਕਿ ਉਹ ਬਿਲਕੁਲ ਸੰਗੀਤ ਦੇ ਵਿੱਚ ਘੁਲੇ ਮਿਲੇ ਆ। ਸੋ ਅੱਜ ਵੀ ਸੁਣ ਕੇ ਕਈ ਬਿਲਕੁਲ ਨਵੇਂ ਚਿਹਰੇ ਸੀ, ਪਰ ਬਹੁਤ ਪਕਿਆਈ ਵਾਲੀ ਅਤੇ ਬਹੁਤ ਗਹਿਰਾਈ ਵਾਲੀ ਕਵਿਤਾ ਸੀ। ਸੋ ਔਰ ਸੁਣਨ ਵਾਲੇ ਵੀ ਪੂਰੇ ਜਿਸ ਤਰ੍ਹਾਂ ਮੰਤਰ ਮੁਗਧ ਹੋ ਕੇ ਸੁਣ ਰਹੇ ਸੀ, ਔਰ ਸੁਣਨਾ ਵੀ ਆਪਣੇ ਆਪ 'ਚ ਇੱਕ ਕਲਾ, ਸੁਣਨਾ ਵੀ ਆਪਣੀ ਇੱਕ ਸ਼ਖਸੀਅਤ ਦਾ ਇੱਕ ਗੁਣ ਹੈ। ਸੋ ਮੈਂ ਸਮਝਦਾ ਕਿ ਇਹਨਾਂ ਗੱਲਾਂ ਦਾ ਬਹੁਤ ਸਿਰਫ ਸਾਹਿਤ 'ਤੇ ਨਹੀਂ, ਤੁਹਾਡੇ ਮਨਾਂ ਦੇ ਉੱਪਰ ਅਸਰ ਹੁੰਦਾ, ਔਰ ਮਨ ਅੱਗੋਂ ਦੇਸ਼ ਨੂੰ ਵਧੀਆ ਬਣਾਉਣ ਲਈ ਵੀ ਕੋਸ਼ਿਸ਼ ਕਰਦੇ ਆ, ਸਮਾਜ ਨੂੰ ਵੀ ਵਧੀਆ ਬਣਾਉਣ ਦੀ ਕੋਸ਼ਿਸ਼। ਸੋ ਕਵਿਤਾ ਜਾਂ ਸੰਗੀਤ ਹੈ ਸਾਡੇ, ਸਾਨੂੰ ਹੋਰ ਸੰਵੇਦਨਸ਼ੀਲ ਅਤੇ ਹੋਰ ਸਾਨੂੰ ਮਾਨਵਤਾ ਅਤੇ ਕੁਦਰਤ ਦੇ ਨੇੜੇ ਲੈ ਕੇ ਆਉਂਦੇ। ਪਤਾ ਸਰ, ਗੱਲ ਸਮੇਂ ਦੀਆਂ ਸਰਕਾਰਾਂ ਦੀ ਕਰਾਂਗੇ ਅਸੀਂ, ਸਮੇਂ ਦੀਆਂ ਸਰਕਾਰਾਂ ਦੀ ਇੱਕ ਪਰੰਪਰਾ ਜਿਹੜੀ ਇਸ ਨਾਭੇ ਦੇ ਵਿੱਚ ਕਵਿਤਾ ਉਤਸਵ ਦੀ ਸ਼ੁਰੂ ਹੋਈ ਸੀ, ਮੈਂ ਸਮਝਦਾ ਇਸ ਵਕਤ ਸਿਖਰਾਂ ਵੱਲ ਹੈ, ਔਰ ਇਸ ਵਕਤ ਜਿਹੜਾ ਇਹਨਾਂ ਨੇ
ਤਰਨਮ ਵਾਲਾ ਕਵੀ ਦਰਬਾਰ ਸ਼ੁਰੂ ਕੀਤਾ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬੁਲੰਦੀ ਹੈ। ਇੰਨੇ ਵਧੀਆ ਸ਼ਾਇਰ ਔਰ ਇੰਨੀ ਵਧੀਆ ਥੋਟ ਕਵਿਤਾਵਾਂ ਦੇ ਵਿੱਚ ਆਈ ਹੈ, ਜਿਹੜੇ ਦੋ ਚਾਰ ਲਾਈਨਾਂ ਦੇ ਵਿੱਚ ਇੰਨਾ ਵੱਡਾ ਸੁਨੇਹਾ ਦੇ ਰਹੇ ਨੇ। ਕਵਿਤਾ ਦੀ ਅੱਜ ਲੋੜ ਇਹੋ ਜਿਹੀ ਉਹਦੀ ਹੈ, ਕਿਉਂਕਿ ਸਮੇਂ ਦੀਆਂ ਜਿਹੜੀਆਂ ਇਸ ਵਕਤ ਤਲਖੀਆਂ ਨੇ, ਉਹਨਾਂ ਦੇ ਵਿੱਚ ਜਿਹੜੇ ਕਵੀ ਹੈ ਉਹਨਾਂ ਦੀਆਂ ਕਲਮਾਂ ਹੀ ਕੁਝ ਨਾ ਕੁਝ ਸ਼ਾਂਤੀ ਭਰਨ ਦਾ ਸੁਨੇਹਾ ਦੇ ਸਕਦੀਆਂ ਨੇ। ਮੈਂ ਸਮਝਦਾ ਕਿ ਇਹਨਾਂ ਨੂੰ ਮੁਬਾਰਕਾਂ ਹੈ ਕਿ ਇਹਨਾਂ ਨੇ ਪਰੰਪਰਾ ਨੂੰ ਰੱਖਿਆ ਜਾਰੀ ਔਰ ਅੱਗੇ ਤੋਂ ਵੀ ਇਹ ਜਾਰੀ ਰੱਖਣਗੇ। ਸਰ, ਇਸ ਦੇ ਕਈ ਰੀਜ਼ਨ ਨੇ। ਇੱਕ ਤਾਂ ਮੋਬਾਈਲ ਇੰਟਰਨੈਟ ਦੀ ਜੋ ਜ਼ਿਆਦਾ ਅਧਿਕਤਰ ਨੌਜਵਾਨ ਵਰਤੋਂ ਕਰਨ ਲੱਗ ਪਏ ਨੇ। ਸਾਡੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਪੀੜ੍ਹੀ ਹੁੰਦੀ ਸੀ ਉਹਨਾਂ ਨੂੰ ਬੁੱਕਸ 'ਤੇ ਲਾਇਆ ਜਾਂਦਾ ਸੀ। ਬੱਚਿਆਂ ਨੂੰ ਵੀ ਅਸੀਂ ਮੋਸਟਲੀ, ਜਿਸ ਤਰ੍ਹਾਂ ਵੀ ਮੈਂ ਕਾਫੀ ਛੋਟੀ ਹੁੰਦੀ ਸੀ ਤਾਂ ਮੇਰੇ ਪਾਪਾ ਮੈਨੂੰ ਬੁੱਕਸ ਲਿਆ ਕੇ ਦਿੰਦੇ ਸੀ, ਤਾਂ ਬਚਪਨ ਤੋਂ ਹੀ ਬੱਚਿਆਂ ਦੀਆਂ ਕਹਾਣੀਆਂ ਉਹ ਪੜ੍ਹਨੀਆਂ ਅਤੇ ਇਸ ਤਰ੍ਹਾਂ ਦੇ ਸ਼ੌਕ ਡਿਵੈਲਪ ਹੁੰਦੇ ਸੀ। ਅੱਜ ਕੱਲ੍ਹ ਸ਼ਾਇਦ ਪੇਰੈਂਟਸ ਵੀ ਕੁਝ ਲੈਫਟ ਆ ਰਿਹਾ ਵੀ ਉਹ ਆਪਣੇ ਬੱਚਿਆਂ ਨੂੰ ਬੁੱਕਸ ਨਹੀਂ ਖਰੀਦ ਕੇ ਦਿੰਦੇ। ਉਹੀ ਜਦੋਂ ਬੱਚਾ ਕੋਈ ਜ਼ਿੱਦ ਕਰਦਾ ਤਾਂ ਮੋਬਾਈਲ ਦੇ ਕੇ ਉਸ ਨੂੰ ਬਿਠਾ ਦਿੰਦੇ ਨੇ। ਇਸੇ ਤਰ੍ਹਾਂ ਉਹਦੀ ਆਦਤ ਡਿਵੈਲਪ ਹੋ ਜਾਂਦੀ ਆ, ਉਹ ਵੱਡਾ ਹੋ ਕੇ ਜ਼ਿਆਦਾ ਇੰਟਰਨੈਟ, ਮੋਬਾਈਲ ਅਤੇ ਇੱਦਾਂ ਦੇ ਸਾਧਨਾਂ ਦੇ ਪਿੱਛੇ ਹੋ ਜਾਂਦਾ, ਜਿਸ ਦੇ ਨਾਲ ਇਹ ਜਿਹੜਾ ਬੁੱਕਸ ਦਾ ਸ਼ੌਕ ਹੈ ਦਿਨੋਂ ਦਿਨ ਬੱਚਿਆਂ ਦੇ ਵਿੱਚ ਘੱਟ ਰਿਹਾ। ਅਤੇ ਸਾਡੀ ਪੇਰੈਂਟਸ ਦੀ ਅਤੇ ਥੋੜ੍ਹਾ ਬਹੁਤ ਟੀਚਰਸ ਦੀ ਵੀ ਇਹ ਬਣਦੀ ਹੈ ਜ਼ਿੰਮੇਵਾਰੀ ਕਿ ਉਹ ਬੱਚਿਆਂ ਦਾ ਰੁਝਾਨ ਦੁਬਾਰਾ ਤੋਂ ਬੁੱਕਸ ਦੀ ਤਰਫ ਕਰਨ, ਤਾਂ ਕਿ ਸਾਡਾ ਜਿਹੜਾ ਸਮਾਜ ਹੈ ਉਹਦੇ ਵਿੱਚ ਕੁਛ ਅੱਛੀ ਸੇਧ ਮਿਲ ਸਕੇ ਅਤੇ ਜੋ ਵੀ ਵਿਚਾਰ ਨੇ ਅੱਛੇ ਅੱਛੇ ਵਿਦਵਾਨਾਂ ਦੇ ਲਿਖੇ ਹੋਏ ਉਹ ਬੱਚੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਸਕਣ। ਸਾਨੂੰ ਇਸ ਲਈ ਕਾਫੀ ਉਪਰਾਲਾ ਕਰਨਾ ਚਾਹੀਦਾ ਹੈ। ਵਧੀਆ, ਸਾਡੇ ਨਾਭੇ ਸ਼ਹਿਰ 'ਚ ਉਪਰਾਲਾ ਜੋ ਕਿ ਸਾਡੇ ਦਰਸ਼ਨ ਬੂਟਰ ਜੀ ਜੋ ਕਿ ਸਾਡੇ ਉਹਨਾਂ ਦੀ ਦੇਖ ਰੇਖ 'ਚ ਹੁੰਦਾ, ਅਤੇ ਸਾਡਾ ਰੋਟਰੀ ਕਲੱਬ ਵੀ ਭਾਗਿਆਸ਼ਾਲੀ ਹੈ ਕਿ ਇੱਥੇ ਸਾਰੇ ਦੇਸ਼ ਦੇ ਜੋ ਕਵੀ ਨੇ ਜਾਂ ਜਿੰਨਾ ਕਿ ਸਾਡਾ ਆਪਾਂ ਸਮਝ ਸਕਦੇ ਸਾਡਾ ਪੰਜਾਬੀ ਵਿਰਸਾ ਹੈ ਉਹਦੇ ਵਾਸਤੇ ਸਾਰੇ ਇੱਥੇ ਇਕੱਠੇ ਹੋਏ ਨੇ। ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ ਅਤੇ ਸਮੂਹ ਨਗਰ ਕੌਂਸਲ ਨਾਭਾ ਵੱਲੋਂ ਅਤੇ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਕੈਬਨਿਟ ਮੰਤਰੀ ਪੰਜਾਬ ਜੀ ਵੱਲੋਂ ਹਾਜ਼ਰੀ ਲਵਾਉਂਦੇ ਹੋਏ ਇਹਨਾਂ ਨੂੰ ਬਹੁਤ ਵਧਾਈ ਦਿੰਦਾ, ਅਤੇ ਜਿਹੜੇ ਬੰਦੇ ਬਾਹਰੋਂ ਸਾਡੇ ਆਏ ਨੇ, ਮਹਿਮਾਨ ਆਏ ਨੇ, ਉਹਨਾਂ ਨੂੰ ਜੀਆਂ ਆਖਦਾ। ਅਤੇ ਇਹ ਇੱਕ ਬਹੁਤ ਵੱਡਾ ਵਧੀਆ ਉਪਰਾਲਾ ਹੈ ਜਿਹਦੇ ਨਾਲ ਕਿ ਸਾਡੇ ਜੋ ਬੱਚੇ ਨੇ ਦੇਸ਼ ਦਾ ਭਵਿੱਖ ਨੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬੜਾ ਇੱਥੇ ਠਾਠਾ ਮਾਰਦਾ ਇਕੱਠ ਹੈ, ਬੜੀ ਦੁਨੀਆ ਆਈ ਵੀ ਹੈ। ਮੈਂ ਆਪਣੇ ਵੱਲੋਂ ਫਿਰ ਮੁੜ ਤੋਂ ਇਹਨਾਂ ਨੂੰ ਵਧਾਈ ਦਿੰਦਾ। ਰਾਜੇਸ਼ ਬਜਾਜ, ਦਿਵਿਆ ਪੰਜਾਬ ਟੀਵੀ, ਨਾਭਾ।